मेरी गल सुन, ये बच्चों की लड़ाई है। जे मेरे हुंदा कि मेरा मुंडा जां जे जां वो ते मैं राजस्थान आउंदा, मैं अपने घर बैठा हूँ। बच्चों की लड़ाई दे विच मेरा ख्याल कि तुहानूं थोड़ा जिहा संयम रखना चाहिए। तो तुसीं मीडिया ट्रायल ज़्यादा कर लेते हो, यही कि लेमैन का मुंडा होंदा ते तुसीं किसी ने नाम ही नहीं सी लैणा कि कित्थे लड़ाई हुई ते कित्थे कुछ चलिया। इस करके बच्चों की लड़ाई प्रेस में भी थोड़ा ध्यान रखना चाहिए। ਅੰਦਾਵਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਸਿਕਿਉਰਿਟੀ ਨੂੰ ਲੈ ਕੇ ਵੀ ਸਰਕਾਰ ਨੇ ਕਿਹਾ ਕਿ ਸਿਕਿਉਰਿਟੀ ਦਾ ਵੀ ਅਸੀਂ ਦੇਖਾਂਗੇ ਕਿ ਮੈਂ ਅੱਜ ਤੱਕ ਵੇਖੋ ਇੱਕ ਚੀਜ਼ ਜ਼ਰੂਰ ਹੈ ਕਿ ਤੁਸੀਂ ਜਿਹੜੀ ਸਿਕਿਉਰਿਟੀ ਕਹਿੰਦੇ ਉਹ ਕੱਲ੍ਹ ਲੈਣ ਦੀ ਬਜਾਏ ਹੁਣੇ ਲੈਣਗੇ ਡਰਾਪ ਕਰ, ਠੀਕ ਹੈ। ਜੇ ਬਾਪ ਨੂੰ ਖਤਰਾ, ਇਹਦਾ ਮਤਲਬ ਫੈਮਿਲੀ ਮੈਂਬਰ ਨੂੰ ਖਤਰਾ ਨਹੀਂ। ਜਦੋਂ ਰਿਕਾਰਡ ਕੱਢਣਗੇ ਨਾ ਉਦੋਂ ਮੈਂ ਦੱਸੂਗਾ। ਮੈਂ ਤਾਂ ਆਪਣੇ ਬੇਟੇ ਨੂੰ ਸਿਕਿਉਰਿਟੀ ਮਿਲੀ, ਸਾਰੀ ਦੁਨੀਆ ਹਾਈਕੋਰਟ 'ਚ ਗਈ, ਆਪਣੇ ਬੇਟੇ ਨੂੰ ਆਖਿਆ ਨਹੀਂ ਆਪਾਂ ਹਾਈਕੋਰਟ 'ਚ ਨਹੀਂ ਜਾਣਾ, ਜਦੋਂ ਨਾ ਕਰਤਾ ਕੰਮ ਕਦੋਂ। ਇਹ ਕਰਕੇ ਇਹ ਜਿਹੜੀਆਂ ਨੇ ਇਹ ਪਰਮਾਤਮਾ ਦੇ ਹੱਥ ਹੁੰਦੀ ਆ। ਜਿੰਨੇ ਕਹਿੰਦੇ ਸਿਕਿਉਰਿਟੀਆਂ ਨਾਲ ਬੰਦਾ ਨਹੀਂ ਵੱਜਦਾ, ਜਦੋਂ ਵਾਹਿਗੁਰੂ ਦੀ ਕਿਰਪਾ ਉਹਦੇ ਨਾਲ ਵੱਜਿਆ ਜਾਂਦਾ ਤਾਂ ਮੈਂ ਧਮਕੀਆਂ ਤੋਂ ਡਰਦਾ ਨਹੀਂ ਕਿ ਜਿਹਨੇ ਕੱਲ੍ਹ ਲੈਣੀ ਹੈ ਹੁਣ ਇੱਥੋਂ ਵਿਡਰਾ ਕਰ। ਮੇਰੀ ਗੱਲ ਸੁਣ, ਇਹ ਬੱਚਿਆਂ ਦੀ ਲੜਾਈ ਆ। ਜੇ ਮੇਰੇ ਹੁੰਦਾ ਕਿ ਮੇਰਾ ਮੁੰਡਾ ਜਾਂ ਜੇ ਜਾਂ ਵੋ ਤਾਂ ਮੈਂ ਰਾਜਸਥਾਨ ਆਉਂਦਾ, ਮੈਂ ਆਪਣੇ ਘਰ ਬੈਠਾ ਹੁੰਦਾ। ਬੱਚਿਆਂ ਦੀ ਲੜਾਈ ਦੇ ਵਿੱਚ ਮੇਰਾ ਖਿਆਲ ਕਿ ਤੁਹਾਨੂੰ ਥੋੜ੍ਹਾ ਜਿਹਾ ਸੰਯਮ ਰੱਖਣਾ ਚਾਹੀਦਾ। ਅਤੇ ਤੁਸੀਂ ਮੀਡੀਆ ਟ੍ਰਾਇਲ ਜ਼ਿਆਦਾ ਕਰ ਲੈਂਦੇ ਹੋ, ਇਹੋ ਕਿ ਲੇਮੈਨ ਦਾ ਮੁੰਡਾ ਹੁੰਦਾ ਤਾਂ ਤੁਸੀਂ ਕਿਸੇ ਨੇ ਨਾਮ ਹੀ ਨਹੀਂ ਸੀ ਲੈਣਾ ਕਿ ਕਿੱਥੇ ਲੜਾਈ ਹੋਈ ਅਤੇ ਕਿੱਥੇ ਕੁਝ ਚੱਲਿਆ। ਇਸ ਕਰਕੇ ਬੱਚਿਆਂ ਦੀ ਲੜਾਈ 'ਚ ਪ੍ਰੈਸ ਨੂੰ ਵੀ ਥੋੜ੍ਹਾ ਜਿਹਾ ਧਿਆਨ ਰੱਖਣਾ ਚਾਹੀਦਾ। ਅੰਦਾਵਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਸਿਕਿਉਰਿਟੀ ਨੂੰ ਲੈ ਕੇ ਵੀ ਸਰਕਾਰ ਨੇ ਕਿਹਾ ਕਿ ਸਿਕਿਉਰਿਟੀ ਦਾ ਵੀ ਅਸੀਂ ਦੇਖਾਂਗੇ ਕਿ ਮੈਂ ਅੱਜ ਤੱਕ ਵੇਖੋ ਇੱਕ ਚੀਜ਼ ਜ਼ਰੂਰ ਹੈ ਕਿ ਤੁਸੀਂ ਜਿਹੜੀ ਸਿਕਿਉਰਿਟੀ ਕਹਿੰਦੇ ਉਹ ਕੱਲ੍ਹ ਲੈਣ ਦੀ ਬਜਾਏ ਹੁਣੇ ਲੈਣਗੇ ਡਰਾਪ ਕਰ, ਠੀਕ ਹੈ। ਜੇ ਬਾਪ ਨੂੰ ਖਤਰਾ, ਇਹਦਾ ਮਤਲਬ ਫੈਮਿਲੀ ਮੈਂਬਰ ਨੂੰ ਖਤਰਾ ਨਹੀਂ। ਜਦੋਂ ਰਿਕਾਰਡ ਕੱਢਣਗੇ ਨਾ ਉਦੋਂ ਮੈਂ ਦੱਸੂਗਾ। ਮੈਂ ਤਾਂ ਆਪਣੇ ਬੇਟੇ ਨੂੰ ਸਿਕਿਉਰਿਟੀ ਮਿਲੀ, ਸਾਰੀ ਦੁਨੀਆ ਹਾਈਕੋਰਟ 'ਚ ਗਈ, ਆਪਣੇ ਬੇਟੇ ਨੂੰ ਆਖਿਆ ਨਹੀਂ ਆਪਾਂ ਹਾਈਕੋਰਟ 'ਚ ਨਹੀਂ ਜਾਣਾ, ਜਦੋਂ ਨਾ ਕਰਤਾ ਕੰਮ ਕਦੋਂ। ਇਹ ਕਰਕੇ ਇਹ ਜਿਹੜੀਆਂ ਨੇ ਇਹ ਪਰਮਾਤਮਾ ਦੇ ਹੱਥ ਹੁੰਦੀ ਆ। ਜਿੰਨੇ ਕਹਿੰਦੇ ਸਿਕਿਉਰਿਟੀਆਂ ਨਾਲ ਬੰਦਾ ਨਹੀਂ ਵੱਜਦਾ, ਜਦੋਂ ਵਾਹਿਗੁਰੂ ਦੀ ਕਿਰਪਾ ਉਹਦੇ ਨਾਲ ਵੱਜਿਆ ਜਾਂਦਾ ਤਾਂ ਮੈਂ ਧਮਕੀਆਂ ਤੋਂ ਡਰਦਾ ਨਹੀਂ ਕਿ ਜੇ ਉਹਨੇ ਕੱਲ੍ਹ ਲੈਣੀ ਹੈ ਹੁਣੇ ਇੱਥੋਂ ਵਿਡਰਾ ਕਰ।